ਸਾਸੀ ਕਾਲ ਜੀ ਮੈਂ ਗੁਰਪਾਲ ਸਿੰਘ ਮੈਂ ਤੁਹਾਨੂੰ ਦੱਸੂਗਾ ਕਿ ਕਿਉਂ ਜੇ 26 ਜਨਵਰੀ ਵਾਲੇ ਦਿਨ ਜਿਹੜਾ ਸਰਕਾਰ ਦਾ ਦਿੱਤਾ ਰੂਟ ਸੀ ਜੇ ਉਹਦੇ ਤੇ ਕਿਸਾਨ ਸਾਰੇ ਕਿਤੇ ਚਲੇ ਜਾਂਦੇ ਤਾਂ ਕਿੱਡਾ ਵੱਡਾ ਹਾਦਸਾ ਹੋ ਜਾਣਾ ਸੀ ਤੇ ਕਿੱਡਾ ਵੱਡਾ ਹਾਦਸਾ ਹੋਣ ਤੋਂ ਬਚਿਆ ਮੈਂ ਤੁਹਾਨੂੰ ਸਬੂਤ ਸਬੂਤਾਂ ਦੇ ਨਾਲ ਫੈਕਟਸ ਰੱਖ ਕੇ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਮਨਦੀਪ ਪੁਨੀਆ ਨਾਮ ਦਾ ਇੱਕ ਜਿਹੜਾ ਪੱਤਰਕਾਰ ਆ ਉਹ ਅਰੈਸਟ ਕੀਤਾ ਇੱਕ ਹੈਰਾਨਗੀ ਸੀਗੀ ਮੇਰੇ ਮਨ ਦੇ ਵਿੱਚ ਵੀ ਪੱਤਰਕਾਰਾਂ ਨੂੰ ਦਿੱਲੀ ਪੁਲਿਸ ਕੁਛ ਨਹੀਂ ਕਹਿੰਦੀ ਅਸੀਂ ਖੁਦ ਦੇਖਿਆ ਸਾਰੇ ਕਰ ਰਹੇ ਆ ਤੇ ਇਹ ਪੱਤਰਕਾਰ ਦੇ ਨਾਲ ਏਡੀ ਕਿਹੜੀ ਖਾਸ ਰੰਜਿਸ਼ ਸੀ ਏਡਾ ਜਿਆਦਾ ਪੋਪੂਲਰ ਵੀ ਨਹੀਂ ਹੈਗਾ ਪੱਤਰਕਾਰ ਇੱਕ ਪੱਤਰਕਾਰਵਾ ਨਾਂ ਦੀ ਜਿਹੜਾ ਉਹ ਪੱਤਰਕਾਰ ਆ ਵੀ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਬਿਨਾਂ ਕਿਸੇ ਕਾਰਨ ਤੋਂ ਤੇ ਫਿਰ ਜਦੋਂ ਅਲੀਪੁਰ ਥਾਣੇ ਜਾਂ ਜਿਹੜੇ ਲੋਕਲ ਥਾਣੇ ਸੀ ਜਦੋਂ ਉੱਥੇ ਪਤਾ ਕੀਤਾ ਤਾਂ ਉਹਨਾਂ ਨੇ ਦੱਸਣ ਤੋਂ ਹੀ ਪਹਿਲਾਂ ਮਨਾਂ ਕਰਤਾ ਸੀ ਕਿ ਸਾਡੇ ਕੋਲ ਨਹੀਂ ਹੈਗਾ ਫਿਰ ਜਦੋਂ ਸਰਕਾਰ ਤੇ ਦਬਾਅ ਵਧਿਆ ਤਾਂ ਉਹਨਾਂ ਨੇ ਜਾ ਕੇ ਦੱਸਿਆ ਕਿ ਉਹਦੇ ਤੇ ਇੱਕ ਝੂਠੀ ਐਫਆਈਆਰ ਉਹਨਾਂ ਨੇ ਦਰਜ ਕਰਤੀ ਕਿ ਇਹ ਪੁਲਿਸ ਵਾਲਿਆਂ ਦੇ ਗਲ ਪਿਆ ਜਦਕਿ ਜਿਹੜੀ ਉਹ ਵੀਡੀਓ ਸਾਰਿਆਂ ਨੇ ਦੇਖਿਆ ਕਿ ਉਹਨੂੰ ਘਸੀਟ ਕੇ ਜਿਵੇਂ ਦਿੱਲੀ ਪੁਲਿਸ ਕਿਵੇਂ ਲੈ ਕੇ ਜਾ ਰਹੀ ਹੈ ਤੇ ਬਾਅਦ ਚ ਉਹਨੂੰ ਤਿਹਾਰਡ ਜੇਲ੍ਹ ਚ ਬੰਦ ਕਰਤਾ ਉਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਸੀ ਜਿਹੜਾ ਕਿ ਜੇ ਜਿਹੜੇ ਸਬੂਤ ਉਹਦੇ ਕੋਲ ਸੀਗੇ ਜਿਹੜੀਆਂ ਵੀਡੀਓਜ਼ ਉਹਦੇ ਕੋਲ ਸੀਗੀਆਂ ਜਿਹਦੇ ਵਜ੍ਹਾ ਕਰਕੇ ਉਹ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਜੇ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ ਤਾਂ ਇੱਕ ਬਹੁਤ ਵੱਡਾ ਜਿਹੜਾ ਸੀਗਾ ਬਲਾਸਟ ਹੋ ਸਕਦਾ ਸੀਗਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਖਿਲਾਫ ਤੇ ਤੁਸੀਂ ਛੋਟਾ ਜਿਹਾ ਇੱਕ ਕਲਿੱਪ ਦੇਖ ਲਓ ਪਹਿਲਾ ਉਹਦੇ ਤੋਂ ਬਾਅਦ ਮੈਂ ਗੱਲ ਕਰਦਾ ਤੁਹਾਡੇ ਨਾਲ ਕੀ ਮਨਦੀਪ ਪੁੰਨੀਆਂ ਜਿੱਦਣ ਇਹ ਸਿੰਘੂ ਵਾਲੀ ਘਟਨਾ ਹੋਈ ਐ ਬੀਜਪੀ ਦੇ ਜਿਹੜੇ ਗੁੰਡੇ ਆ ਉੱਥੇ ਮਾਰਨ ਪਏ ਆ ਉਹਦੇ ਤੋਂ ਬਾਅਦ ਉਹਨੇ ਕੀ ਵਿਸ਼ਲੇਸ਼ਣ ਕੀਤਾ ਕਿਉਂਕਿ ਉਹ ਉੱਥੋਂ ਦਾ ਲੋਕਲ ਹੀ ਰਹਿਣ ਵਾਲਾ ਉਹ ਜਿਹੜਾ ਪੱਤਰਕਾਰ ਤੇ ਇਕੱਲੇ ਇਕੱਲੇ ਬੰਦੇ ਨੂੰ ਆਉਣ ਵਾਲੇ ਜਿਹੜੇ ਲਾਗੇ ਲਾਗੇ ਦੇ ਜਿਹੜੇ ਪਿੰਡ ਨੇ ਉਹ ਸਾਰਿਆਂ ਨੂੰ ਉਹ ਬੰਦਾ ਜਾਣਦਾ ਸੋ ਉਹਦਾ ਕੀ ਕਮੈਂਟ ਸੀਗਾ ਇਹ ਤੁਸੀਂ ਖੁਦ ਦੇਖ ਲਓ ਹ ਜੋ था। सरकारी जो दिल्ली पुलिस ने दिया था उसके ऊपर नहीं जाना चाह रहा था उसका एक रीजन ये भी था कि यूथ को जो किसान यूथ है उनको पता चल गया था कि उनके ट्रैक्टर पे, पे पेट्रोल बम मारेंगे बीजेपी वाले बवाना से निकलेंगे और उसमें अमन डबास ने तैयारी कर रखी थी पूरी और दिल्ली पुलिस इनका साथ दे रही थी ऐसा ऐसा मुझे बहुत सारे बवाना के लोगों ने भी बताया उनकी वीडियो भी मैं आपको जारी करूंगा जो बवाना के लोग बता रहे हैं वो लोग वो वीडियो भी मैं जारी करूंगा आपके आगे आपको यह समझना है कि मतलब लो, ये दिखाई ये रही है बीजेपी कि स्थानीय लोग हमला कर रहे हैं जबकि ऐसा नहीं है बीजेपी के खुद लोग हमला कर रहे हैं और अगर उस दिन दिल्ली पुलिस के बताए हुए रूट पे ये चले जाते बवाना की तरफ तो किसानों के ट्रैक्टरों पे पेट्रोल बम मारने की पूरी तैयारी थी खुद बवाना के लोगों ने मेरे को रिपोर्टे दी है और उनकी वीडियोज भी मेरे पास है बवाना के लोगों की जिन्होंने मेरे को बताया है कि ये छब्बीस जनवरी को ट्रैक्टरों पे पेट्रोल बम मारते और वो असल में बवाना के लोगों ने जो ਕਿਸ ਅੰਦੋਲਿਤ ਕਿਸਾਨ ਹੈ उनको भी बताया कि भाई दिल्ली पुलिस के बताए हुए रूट पे मत आना वहां पर पेट्रोल बम लेके छतों पे बीजेपी के लोग खड़े हैं तो आप समझ रहे? आप इसीलिए रिंग रोड की किसान बार-बार डिमांड -बार करे थे और रिंग रोड पे जाना चाहते थे ਤੁਸੀਂ ਮਨਦੀਪ ਪੁਨੀਆ ਦੀ ਉਹ ਵੀਡੀਓ ਸੁਣੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਬਵਾਨਾ ਨਾਂ ਦੇ ਪਿੰਡ ਦੇ ਉਹ बीजेपी ਦੇ ਬੰਦੇ ਸੀ ਟੋਟਲੀ ਸਾਰੀ ਕੱਲੀ-ਕੱਲੇ ਬੰਦੇ ਦਾ ਉਹਨੇ ਨਾਮ ਵੀ ਗਿਣਾਇਆ ਪੂਰੀ ਵੀਡੀਓ ਦੇ ਵਿੱਚ ਮੈਂ ਲਿੰਕ ਪਾ ਦੂੰਗਾ ਵੀਡੀਓ ਦਾ ਥੱਲੇ ਤੁਸੀਂ ਜਾ ਕੇ ਦੇਖ ਲਿਓ ਤੇ ਉਹਦੇ ਵਿੱਚ ਇਹ ਮਨਦੀਪ ਪੁਨੀਆ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਜਿਹੜਾ ਸਰਕਾਰ ਨੇ ਰੂਟ ਦਿੱਤਾ ਸੀ ਉਹ ਤੈਹ ਰੂਟ ਤੇ ਹੀ ਸਾਰੇ ਕਿਸਾਨ ਚਲੇ ਜਾਂਦੇ ਤਾਂ ਬਵਾਨਾ ਦੇ ਵਿੱਚ ਪੁਲਿਸ ਦੇ ਨਾਲ ਰਲ ਕੇ ਪੈਟਰੋਲ ਬੰਬ ਤਿਆਰ ਕੀਤੇ ਗਏ ਸੀ ਜਿਨ੍ਹਾਂ ਨੂੰ ਕੀ ਕਿਸਾਨਾਂ ਦੇ ਟਰੈਕਟਰ ਦੇ ਉੱਤੇ ਸੁੱਟਣਾ ਸੀ ਤਾਂ ਇੱਕ ਦੰਗੇ ਪੜਕਾਉਣ ਵਾਲੀ ਜਿਹੜੀ ਕਾਰਵਾਈ ਸੀ ਉਹ ਹੋਣੀ ਸੀ ਉਹ ਮਨਦੀਪ ਪੁਨੀਏ ਇਹ ਕਹਿ ਰਿਹਾ ਕਿ ਮੇਰੇ ਕੋ ਵੀਡੀਓਜ਼ ਵੀ ਹੈਗੀਆਂ ਨੇ ਬਵਾਨਾ ਦੇ ਪਿੰਡ ਦੀਆਂ ਬੰਦਿਆਂ ਦੀਆਂ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਇਹਨਾਂ ਦੀ ਸ਼ਾਜਰਤ ਸੀ ਉਹ ਇਹ ਸਾਰੀਆਂ ਚੀਜ਼ਾਂ ਨੂੰ ਦੱਸਿਆ ਵਾ ਤੇ ਜੇ ਕਿਤੇ ਇਹ ਚੀਜ਼ ਹੋ ਜਾਂਦੀ ਤੇ ਕਿੰਨਾ ਵੱਡਾ ਕਤਲੇਆਮ ਹੋਣਾ ਸੀਗਾ ਇਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਨੇ ਕਿਉਂਕਿ ਇੱਕ ਅਚੰਭਾ ਸੀਗਾ ਸਾਰੇ ਵਾਸਤੇ ਜਦੋਂ ਦਿੱਲੀ ਪੁਲਿਸ ਪਹਿਲਾਂ ਬਿਲਕੁਲ ਵੀ ਨਹੀਂ ਸੀ ਮੰਨ ਰਹੀ ਕਿ ਇਹਨਾਂ ਨੂੰ ਮਾਰਚ ਕਰਨ ਦੇਣਾ ਵਾ ਬਿਲਕੁਲ ਵੀ ਤੇ ਇੱਕਦਮ ਦਿੱਲੀ ਪੁਲਿਸ ਨੂੰ ਕੀ ਹੋ ਜਾਂਦਾ ਕਿ ਉਹ ਆਪਣੇ ਬੈਰੀਕੇਟ ਵੀ ਆਪ ਹਟਾ ਲੈਂਦੇ ਆ ਤੇ ਇਹਨਾਂ ਨੂੰ ਕਹਿੰਦੇ ਆ ਮਾਰਚ ਕਰੋ ਪਰ ਉਹ ਰੂਟ ਦਿੰਦੇ ਆ ਆਪਣਾ ਤੇ ਉਹਦੇ ਤੇ ਸਾਰੇ ਸਹਿਮਤ ਵੀ ਹੋ ਜਾਂਦੇ ਆ ਜਿਹੜੇ ਕੁਝ ਕਿਸਾਨ ਲੀਡਰ ਸੀਗੇ ਤੇ ਕੁਝ ਸਹਿਮਤ ਨਹੀਂ ਹੁੰਦੇ ਪਰ ਪ੍ਰਮਾਤਮਾ ਦੀ ਲਾਲੋ ਕੁਦਰਤ ਜਿਵੇਂ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਅੰਦੋਲਨ ਨੂੰ ਕੋਈ ਲੀਡਰ ਨਹੀਂ ਚਲਾ ਰਿਹਾ ਉਹ ਪ੍ਰਮਾਤਮਾ ਖੁਦ ਚਲਾ ਰਿਹਾ ਕੁਦਰਤ ਚਲਾ ਰਹੀ ਹੈ ਕਿ ਇਵਨ ਜਿਹੜੀਆਂ 32 ਕਮੇਟੀਆਂ ਨੇ ਹਨਾ ਸੰਘਰਸ਼ ਕਮੇਟੀਆਂ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਉਹ ਰੂਟ ਤੇ ਗਈ ਨਹੀਂ ਹੈਗੇ ਤੇ ਜ਼ਿਆਦਾਤਰ ਸੰਘਤ ਉਹ ਗਈ ਨਹੀਂ ਹੈਗੀ ਉਹ ਰਿੰਗ ਰੋਡ ਤੇ ਰਹੇ ਆ ਜਾਂ ਲਾਲ ਕਿਲੇ ਵੱਲ ਜਿਹੜਾ ਤੁਸੀਂ ਤੁਹਾਨੂੰ ਪਤਾ ਵੀ ਚਲੇਗੇ ਜ਼ਿਆਦਾਤਰ ਰਿੰਗ ਰੋਡ ਵੱਲ ਚਲੇ ਗਿਆ ਤੇ ਇੱਕ ਜਿਹੜੀ ਤੁਸੀਂ ਇਸ ਸਕਰੀਨ ਦੇ ਉੱਤੇ ਜਿਹੜੀ ਮੈਪ ਦੀ ਫੋਟੋ ਦੇਖ ਰਹੇ ਹੋ ਜਿੱਥੋਂ ਟਰਨਿੰਗ ਟਰਨਿੰਗ ਪੁਆਇੰਟ ਆ ਜਿੱਥੋਂ ਟਰਨ ਕਰਨਾ ਸੀ ਬਵਾਨਾ ਪਿੰਡ ਨੂੰ ਉਤੋਂ ਹੀ ਰਿੰਗ ਰੋਡ ਨੂੰ ਜਿਹੜਾ ਰਸਤਾ ਸਟਾਰਟ ਹੁੰਦਾ ਤਾਂ ਸੰਗਤ ਜ਼ਿਆਦਾਤਰ ਰਿੰਗ ਰੋਡ ਵੱਲ ਹੀ ਸਿੱਧਾ ਚਲੇਗੀ ਜਿਹਦੇ ਕਰਕੇ ਜਿਹੜੀ ਵੱਡੀ ਬਹੁਤ ਵੱਡੀ ਜਿਹੜੀ ਘਟਨਾ ਸੀ ਇਹ ਹੋਣ ਤੋਂ ਬਚ ਗਈ ਇਹ ਚੀਜ਼ਾਂ ਸਾਰਿਆਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਜਿਹੜਾ ਜਿਹੜਾ ਵੀ ਵੀਰ ਮੇਰਾ ਵੀਡੀਓ ਦੇਖਦਾ ਪਿਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਚੀਜ਼ਾਂ ਕਿਸੇ ਨੇ ਸ਼ੇਅਰ ਨਹੀਂ ਕੀਤੀਆਂ ਜੀ ਅਸੀਂ ਆਪਣੇ ਪਾਸਟ ਦੀ ਪਰਚੋਲ ਨਹੀਂ ਕਰਾਂਗੇ ਪਿੱਛੇ ਜੋ ਵੀ ਹੋਇਆ ਉਹਦੀ ਪਰਚੋਲ ਨਹੀਂ ਕਰਾਂਗੇ ਤਾਂ ਅੱਗੇ ਦੁਬਾਰਾ ਦੁਬਾਰਾ ਵੀ ਸਾਡੇ ਨਾਲ ਇਹ ਚੀਜ਼ਾਂ ਹੋ ਸਕਦੀਆਂ ਨੇ ਜਿੱਥੋਂ ਤੱਕ ਸਾਡੀ ਸੋਚ ਨਹੀਂ ਪਹੁੰਚਦੀ ਉੱਥੋਂ ਤੱਕ ਸਰਕਾਰਾਂ ਸੋਚ ਜਾਂਦੀਆਂ ਨੇ ਤੇ ਅਫਸੋਸ ਸਾਡੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਦੀ ਜਿਹੜੀ ਪਰਚੋਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਜ਼ਿਆਦਾ ਜ਼ੋਰ ਲਾਤਾ ਇੱਕ ਦੂਜੇ ਨੂੰ ਗद्दार ਕਹਿਣ ਤੇ ਇੱਕ ਦੂਜੇ ਨੂੰ ਗद्दार ਕਹਿਣ ਤੇ ਜ਼ੋਰ ਲਾਤਾ ਜੇ ਦੀਪ ਸਿੱਧੂ ਲੱਖਾ ਸਿਧਾਣਾ ਜਿਨ੍ਹਾਂ ਨੂੰ ਗद्दार ਬਣਾਇਆ ਗਿਆ ਜੇ ਉਹ ਗद्दार ਹੁੰਦੇ ਤਾਂ ਉਹ ਜ਼ੋਰ ਲਾਉਂਦੇ ਸਾਰੀ ਸੰਗਤ ਨੂੰ ਦੂਜੇ ਰੂਟ ਤੇ ਲੈ ਕੇ ਜਾਣ ਦੀ ਠੀਕ ਹੈ ਤੇ ਇੱਕਦਮ ਜੇ ਉੱਥੇ ਇਹ ਚੀਜ਼ਾਂ ਹੁੰਦੀਆਂ ਪੈਟਰੋਲ ਬੰਬ ਛੁੱਟੇ ਜਾਂਦੇ ਜਿਹੜਾ ਅਗਲੇ ਥਾਡੇ ਉੱਥੇ ਮੋਰਚੇ 'ਚ ਆ ਕੇ ਪੈਟਰੋਲ ਬੰਬ ਛੱਟ ਸਕਦੇ ਇਹ ਸਾਰਾ ਕੁਝ ਕਰ ਸਕਦੇ ਆ ਉਹੀ ਪਿੰਡ ਦੇ ਬੰਦੇ ਤੇ ਉੱਥੇ ਤੁਸੀਂ ਸੋਚੋ ਕੀ ਕੁਝ ਹੋਣਾ ਹੀ ਜਦੋਂ ਉਹਦੇ ਵਿੱਚੋਂ ਦੀ ਜਿਹੜੇ ਇਹ ਸੰਗਤ ਨੇ ਲੰਘਣਾ ਸੀਗਾ ਇਧਰੋਂ ਵੀ ਕਾਰਵਾਈ ਫਿਰ ਹੋਣੀ ਸੀ ਤੇ ਉਧਰੋਂ ਵੀ ਤੇ ਦਿੱਲੀ ਪੁਲਿਸ ਨੇ ਤਾਂ ਅੱਗੇ ਤਿਆਰੀ ਕੀਤੀ ਸੀ ਉਹਨਾਂ ਦਾ ਸਾਥ ਸਾਥ ਦੇਣਾ ਦੰਗੇ ਭੜਕਣ ਵਾਲਾ ਕੰਮ ਹੋਣਾ ਸੀ ਬਹੁਤ ਜ਼ਿਆਦਾ ਖੂਨ ਖਰਾਬਾ ਜਿਹੜਾ ਉਹ ਹੋ ਜਾਣਾ ਸੀ ਉਸੇ ਪਿੰਡ ਦੇ ਬੰਦਿਆਂ ਨੇ ਸਿੰਘੂ ਪਿੰਡ 'ਚ ਆ ਕੇ ਜਿਹੜੀ ਉਹ ਕਾਰਵਾਈ ਕੀਤੀ ਹੈ ਸੰਦੀਪ ਪੁਨੀਆ ਜਿਹੜਾ ਪੱਤਰਕਾਰ ਹੈ ਇਕੱਲੇ-ਇਕੱਲੇ ਬੰਦੇ ਦਾ ਉਹਨੇ ਨਾਂ ਦੱਸਿਆ ਉਹਦੇ ਕੋਲ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਵੀਡੀਓ ਸੀਗੀਆਂ ਜਿਦੇ ਕਰਕੇ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਤੇ ਹਾਰਡ ਜੇਲ੍ਹ 'ਚ ਭੇਜ ਦਿੱਤਾ ਗਿਆ ਇੰਨੀ ਦੂਰ ਤੱਕ ਜਿਹੜੀਆਂ ਸਰਕਾਰਾਂ ਨੇ ਉਹ ਸੋਚ ਜਾਂਦੀਆਂ ਨੇ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਾਰਿਆਂ ਦੇ ਅੱਗੇ ਕਿ ਅਸੀਂ 22 ਤਰੀਕ ਤੋਂ ਉੱਥੇ ਲਗਾਤਾਰ ਸੀਗੇ ਤੇ 29 ਤਰੀਕ ਨੂੰ ਅਸੀਂ ਵਾਪਸ ਆਏ ਆ ਜਦੋਂ ਲੱਗਿਆ ਵੀ ਸੰਗਤ ਕਾਫੀ ਜ਼ਿਆਦਾ ਆਉਣੀ ਸ਼ੁਰੂ ਹੋ ਗਈ ਹੈ ਵੀ ਹੁਣ ਚਲੋ ਸਟੇਬਲ ਆ ਤਾਂ ਉਦੋਂ ਅਸੀਂ ਵਾਪਸ ਆ ਗਏ ਸੀ ਸਾਰਾ ਕੁਝ ਅੱਖੀਂ ਦੇਖਿਆ ਕੀ ਉੱਥੇ ਕੀ ਹੋ ਰਿਹਾ ਸੀ ਲੀਡਰਾਂ ਨੂੰ ਬੇਨਤੀ ਹੈ ਕਿ ਜਿਹੜੇ ਇੱਥੇ ਲੋਕ ਬੈਠੇ ਹੋਏ ਆ ਜੇ ਅਸੀਂ ਜ਼ਥੇਦਾਰ ਆ ਅਸੀਂ ਲੀਡਰ ਬਣਦੇ ਆ ਸਾਡੀ ਕੁਝ ਜ਼ਿੰਮੇਵਾਰੀ ਵੀ ਆ ਨਾਲ ਨਾਲ 26 ਤਰੀਕ ਨੂੰ ਜਦੋਂ ਲੋਕ ਵਾਪਸ ਜਾਣੇ ਸ਼ੁਰੂ ਹੋ ਗਏ ਸੀ ਤਾਂ ਖੁਦ ਬੋਰਡ ਕੋਲਿਆਂ ਦੇ ਨਾਲ ਲਿਖ ਕੇ ਚਾੜ ਦੇ ਉੱਤੇ ਬੋਰਡ ਦੇ ਉੱਤੇ ਲਿਖ ਕੇ ਅਸੀਂ ਸੜਕਾਂ ਤੇ ਖੜੇ ਸੀ ਲੋਕਾਂ ਨੂੰ ਸਮਝਾਇਆ ਵੀ ਵਾਪਸ ਨਾ ਜਾਓ ਇਹ ਵਾਪਸ ਜਾਣ ਦਾ ਟਾਈਮ ਨਹੀਂ ਹੈਗਾ ਪਰ ਇੱਕ ਤਾਂ ਜਿਹੜਾ ਗੋਦੀ মিডিਆ ਨੇ ਡਰਾਤਾ ਲੋਕਾਂ ਨੂੰ ਹਨਾ ਪਿੱਛੋਂ ਘਰਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਇੱਕ ਜਿਹੜੀ ਆਪਾਂ ਕੋਲ ਦੇਤੀ ਇੱਕਦਮ ਸਾਰਿਆਂ ਨੂੰ ਬੁਲਾ ਲਿਆ ਸਾਰਿਆਂ ਨੂੰ ਸਾਰੇ ਪੰਜਾਬ 'ਚ ਹੀ ਆਪਾਂ ਕੋਲ ਦੇਤੀ ਇੱਕ ਵੀ ਦਿੱਲੀ ਆ ਜੋ ਦਿੱਲੀ ਆ ਜੋ ਜਦ ਕਿ ਦਿੱਲੀ ਪੁਲਿਸ ਨੇ ਸਾਨੂੰ ਸਿਰਫ 5000 ਟਰੈਕਟਰਾਂ ਦੀ ਪਰਮਿਸ਼ਨ ਦਿੱਤੀ ਹੈ ਤੇ ਇਸ ਜਥੇਬੰਦੀਆਂ ਨੇ ਕਿਉਂ ਸਾਰੇ ਪੰਜਾਬ ਨੂੰ ਇੱਕਦਮ ਉੱਥੇ ਬੁਲਾ ਲਿਆ ਕਿਉਂ ਜਦੋਂ ਕਿ ਇਨਾਂ ਨੂੰ ਪਤਾ ਸੀਗਾ ਵੀ ਸਾਡਾ ਰੂਟ ਇੰਨਾ ਵਾ ਪੋਸੀਬਲ ਹੀ ਨਹੀਂ ਹੈਗਾ ਇੰਨੇ ਟਰੈਕਟਰਾਂ ਨੂੰ ਬੁਲਾ ਕੇ ਇਹ ਰੂਟ ਇੱਕ ਦਿਨ ਦੇ ਵਿੱਚ ਕਰਨੀ ਕਿਸਾਨ ਪ੍ਰੇਡ ਸਾਡੇ ਕੋਲ ਖੁੱਲੀ ਸੜਕ ਵੀ ਹੁੰਦੀ ਤਾਂ ਵੀ ਪੋਸੀਬਲ ਹੀ ਨਹੀਂ ਸੀਗਾ ਇੱਕ ਦਿਨ 'ਚ ਇਹ ਪ੍ਰੇਡ ਹੋਈ ਹੀ ਨਹੀਂ ਸੀ ਸਕਦੀ ਕਿਉਂਕਿ 5-5 ਦਿਨ ਲੱਗੇ ਟਰੈਕਟਰਾਂ ਨੂੰ ਆਉਣ ਤੇ ਉੱਥੇ ਇੰਨਾ ਜ਼ਿਆਦਾ ਰਸ਼ ਸੀ ਲਗਾਤਾਰ 5 ਦਿਨ ਹੁੰਦੇ ਰਿਹਾ ਤੇ ਇੱਕ ਦਿਨ 'ਚ ਤਾਂ ਉਹ ਜਿਹੜੀ ਪ੍ਰੇਡ ਆ ਉਹ ਪੋਸੀਬਲ ਹੀ ਨਹੀਂ ਸੀਗੀ ਮੈਨੂੰ ਨਹੀਂ ਪਤਾ ਕਿਸ ਵਜ੍ਹਾ ਕਰਕੇ ਇਹ ਜਿਹੜੀਆਂ ਚੀਜ਼ਾਂ ਨੂੰ ਅਣਗੋਲਿਆ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਸੰਗਤ ਦੇ ਸਾਹਮਣੇ ਨਹੀਂ ਲੈ ਕੇ ਆਂਦੀਆਂ ਗਈਆਂ ਉਸ ਤੋਂ ਬਾਅਦ ਕੋਈ ਵੀ ਅਸੀਂ ਖੁਦ ਸੋਚਦੇ ਸੀ ਕਿ ਜੇ ਉੱਥੇ ਲੀਡਰ 26 ਤਰੀਕ ਨੂੰ 27 ਨੂੰ ਸਵੇਰੇ ਵੀ ਕਿਸਾਨ ਲੀਡਰ ਉੱਥੇ ਆ ਕੇ ਅੱਗੇ ਆਪ ਖੜਦੇ ਸਿੰਘੂ ਮੋਰਚੇ ਤੇ ਤਿੰਨ ਚਾਰ ਲੀਡਰ ਹੀ ਆ ਜਾਂਦੇ ਤਾਂ ਬਹੁਤ ਸਾਰੀ ਜਿਹੜੀ ਸੰਗਤ ਸੀ ਉਹ ਜਾਣ ਤੋਂ ਰੋਕ ਸਕਦੀ ਸੀ ਜਿਹੜੇ ਬੰਦੇ ਉੱਥੇ ਮੌਜੂਦ ਸੀ ਉਹਨਾਂ ਨੂੰ ਪਤਾ ਹੈ ਅਸੀਂ ਖੁਦ ਅਪ ਟਰੈਕਟਰਾਂ ਦੇ ਸਪੀਕਰ ਲਾ ਕੇ ਮਾਈਕ ਲੈ ਕੇ ਬਹੁਤ ਸਾਰੇ ਮੁੰਡਿਆਂ ਦੀ ਡਿਊਟੀ ਖੁਦ ਆਪਣੇ ਆਪ ਵੀ ਮੁੰਡੇ ਸੜਕਾਂ ਤੇ ਖੜਕੇ ਰੋਕ ਰਹੇ ਸੀ ਸਮਝਾ ਰਹੇ ਸੀ ਕਿ ਵੀਰੋ ਹੁਣ ਜਾਣ ਦਾ ਟਾਈਮ ਨਹੀਂ ਹੈਗਾ ਹੁਣ ਇੱਥੇ ਪਰਖ ਆ ਤੇ ਪੁਲਸ ਵਾਲਿਆਂ ਦੇ ਵੀ ਉਦੋਂ ਜਿਵੇਂ ਡਰਾਉਣ ਵਾਸਤੇ ਉਹਨਾਂ ਨੇ ਉੱਥੇ ਗੱਡੀਆਂ ਲਾਤੀਆਂ ਸੀ ਤੇ ਕਹਿੰਦੇ ਸੀ ਡਰਾਉਂਦੇ ਸੀ ਵੀ ਤੁਸੀਂ ਦੇਖੋ ਅਜੇ ਦੋ ਦਿਨ ਰੁਕੋ ਦੇਖੋ ਇੱਥੇ ਕੀ ਹੋਣਾ ਹਨਾ ਪਰ ਜ਼ਿੰਮੇਵਾਰੀ ਤੋਂ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਆਪਾਂ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ ਜਿਹੜੇ ਜਿੰਨੇ ਵੀ ਕਿਸਾਨ ਲੀਡਰ ਉਹਨਾਂ ਨੂੰ ਬੇਨਤੀ ਹੈ ਕਿ ਘੱਟੋ ਘੱਟ ਇੱਕ 라ਉਂਡ ਜਰੂਰ ਮਾਰਿਆ ਕਰੋ ਜਿੰਨੇ ਜਿੰਨੇ ਵੀ ਮੋਰਚੇ ਆ ਜਿੱਥੇ ਜਿੱਥੇ ਵੀ ਮੋਰਚਾ ਲੱਗਾ ਸੰਗਤ ਦਾ ਹਾਲਚਾਲ ਪੁੱਛੋ ਉਹਨਾਂ ਕੋਲ ਪੁੱਛੋ ਉਹਨਾਂ ਨੂੰ ਕੋਈ ਦੁੱਖ ਤਕਲੀਫਤਾ ਨਹੀਂ ਹੈਗੀ ਤੇ ਖਾਸ ਕਰਕੇ ਜਿਹੜਾ ਉਹ ਨਾਜ਼ੁਕ ਜਾਂ ਮੌਕਾ ਸੀਗਾ 26 27 ਵਾਲਾ 26 ਵਾਲੀ ਰਾਤ ਤੇ 27 ਵਾਲਾ ਸਾਰਾ ਦਿਨ ਤੇ ਰਾਤ ਉਦੋਂ ਇਹ ਚੀਜ਼ ਸਾਹਮਣ ਦਾ ਟਾਈਮ ਸੀਗਾ ਆਪਾਂ ਸਾਹਮ੍ਹ ਸਕਦੇ ਸੀ ਸੰਗਤ ਨੂੰ ਰੋਕ ਸਕਦੇ ਸੀ ਬਹੁਤ ਸਾਰੇ ਲੋਕ ਸੀ ਜਿਹੜੇ ਰੁਕ ਸਕਦੇ ਸੀ ਜਿਹੜੇ ਦੇਖੋ ਦੇਖੀ ਦੇ ਵਿੱਚ ਗਏ ਆ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਗੱਲ ਇਹ ਆ ਕਿ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਮੇਰੀ ਵੀਡੀਓ ਦੇਖਦੇ ਆ ਵੀ ਮਦਦ ਕਰਨਾ ਚਾਹੁੰਦੇ ਆ ਪਰ ਉਹ ਆ ਨਹੀਂ ਸਕਦੇ ਕਿਸੇ ਮਜਬੂਰੀ ਕਰਕੇ ਮੋਰਚੇ 'ਚ ਨਹੀਂ ਜਾ ਸਕੇ ਜਾਂ ਨਹੀਂ ਜਾ ਸਕਦੇ ਕੁਝ ਬਾਹਰਲੀ ਕੰਟਰੀਜ਼ ਦੇ ਵਿੱਚ ਰਹਿੰਦੇ ਆ ਆਪਾਂ ਕਿੱਦਾਂ ਮਦਦ ਕਰ ਸਕਦੇ ਆ ਸੋਸ਼ਲ ਸੋਸ਼ਲ ਮੀਡੀਆ ਇੱਕ ਬਹੁਤ ਤਗੜਾ ਵੈਪਨ ਆ ਜਿਹਨੂੰ ਆਪਾਂ ਪੋਜ਼ਿਟਿਵ ਵੇ ਨਾਲ ਯੂਜ਼ ਕਰ ਸਕਦੇ ਆ ਸਰਕਾਰਾਂ ਦੇ ਕੋਲ ਜਿਹੜਾ ਹਥਿਆਰ ਆ ਵੈਪਨ ਆ ਮੀਡੀਆ ਜਿਹਨੂੰ ਉਹਨਾਂ ਨੇ ਖਰੀਦੇ ਆ ਤੇ ਉਹ ਆਪਣੇ ਜਿਹੜੇ ਵਸਿੰਦੇ ਨੇ ਇੰਡੀਆ ਦੇ ਵਸਿੰਦੇ ਨੇ ਉਹਨਾਂ ਦੇ ਜਿਹੜੇ ਲੋਕ ਨੇ ਉਹਨਾਂ ਤੇ ਯੂਜ਼ ਕਰ ਰਹੇ ਆ ਇੱਕ ਜਿਹੜੀ ਗਲਤ ਇਨਫੋਰਮੇਸ਼ਨ ਉਹਨੂੰ ਪਹੁੰਚਾਉਣ ਦੇ ਵਿੱਚ ਲੋਕਾਂ ਨੂੰ ਡਰੋਂ ਦੇ ਵਿੱਚ ਕੋਈ ਮੁੱਦਾ ਬਣਾਉਣ ਦੇ ਵਿੱਚ ਉਹ ਲੋਕਾਂ ਦੇ ਜਿਹੜੇ ਅੰਦੋਲਨ ਆ ਉਹ ਦਬਾਉਣ ਦੇ ਵਿੱਚ ਤਾਂ ਅੱਜ ਦੇ ਟਾਈਮ ਦੇ ਵਿੱਚ ਇਹਦੀ ਡਿਫੈਂਸ ਇੱਕੋ ਤਰੀਕੇ ਨਾਲ ਹੀ ਹੈ ਕਿ ਆਪਾਂ ਜਿਹੜੀ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਈਏ ਜਿਹੜੇ ਸਰਕਾਰਾਂ ਦੇ ਧੱਕੇ ਨੇ ਉਹ ਬਾਕੀ ਲੋਕਾਂ ਤੱਕ ਪਹੁੰਚਾਈਏ ਕੁਝ ਲੋਕ ਜਿਹੜੇ ਨਿਊਟਰ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਤੁਸੀਂ ਉਹਨਾਂ ਨੂੰ ਅਸਲੀਅਤ ਦੱਸੋ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕ ਜਦੋਂ ਜਿਆਦਾ ਤੋਂ ਜਿਆਦਾ ਲੋਕ ਸਰਕਾਰ ਦੇ ਖਿਲਾਫ ਹੋਣਗੇ ਤਾਂ ਸਰਕਾਰ ਆਪੀ ਹਿੱਲੂਗੀ ਤਾਂ ਤੁਸੀਂ ਘੱਟ ਤੋਂ ਘੱਟ ਇਹ ਕਰਨਾ ਵਾ ਕੋਈ ਵੀ ਜਿਹੜੀ ਵੀਡੀਓ ਨੂੰ ਸ਼ੇਅਰ ਕਰਨਾ ਵਾ ਤੋਂ ਵੱਧ ਕੋਈ ਵੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀ ਹੈ ਇਹ ਨਾ ਸੋਚੋ ਕਿ ਸਾਡੇ ਇੱਕ ਜਾਨੇ ਦੇ ਕਰਨ ਨਾਲ ਕੀ ਹੋਣਾ ਥੋੜਾ ਥੋੜਾ ਕਰਕੇ ਬੂੰਦ ਬੂੰਦ ਦੇ ਨਾਲ ਹੀ ਜਿਹੜਾ ਸਮੁੰਦਰ ਭਰਦਾ ਜਿੰਨੇ ਲੋਕ ਵੀ ਤੁਹਾਡੇ ਨਾਲ ਜੁੜੇ ਹੋਇਆ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਸ਼ੇਅਰ ਕਰੋ ਇਹ ਟਾਈਮ ਆ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਇਹ ਧਰਨੇ ਦੇ ਵਿੱਚ ਇਸ ਰੂਸ 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 ਦੇ ਵਿੱਚ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਤਾਕਤ ਰੱਖਦਾ ਵਾ ਠੀਕ ਆ ਸੋਸ਼ਲ ਮੀਡੀਆ ਕਰਕੇ ਬਹੁਤ ਸਾਰੇ ਲੋਕ ਨੇ ਜਿਹੜਾ ਉਹਨਾਂ ਨੂੰ ਪਤਾ ਲੱਗਦਾ ਉੱਥੋਂ ਦੀ ਹਕੀਕਤ ਦਾ ਪਤਾ ਲੱਗਦਾ ਸੋ ਇਹ ਅੱਜ ਦੇ ਟਾਈਮ 'ਚ ਜਿਹੜਾ ਜਿਹੜਾ ਮੀਡੀਆ ਵਾ ਇਹ ਵੈਪਨ ਆ ਇਹ ਸੰਚਾਰ ਦਾ ਸਾਧਨ ਨਹੀਂ ਹੈਗਾ ਇਹ ਵੈਪਨ ਆ ਜਿਹੜਾ ਇੱਥੋਂ ਦੇ ਲੋਕਾਂ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਇੰਡੀਅਨ ਗਵਰਨਮੈਂਟ ਵੱਲੋਂ ਮੌਜੂਦਾ ਸਰਕਾਰ ਵੱਲੋਂ ਸੋ ਤੁਸੀਂ ਇਹਦੀ ਡਿਫੈਂਸ ਤਾਂ ਹੀ ਹੋ ਸਕਦੀ ਹੈ ਜਿਹੜੀ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰੋ YouTube Facebook Instagram ਤੁਹਾਨੂੰ ਸਿੱਖਣਾ ਪਊਗਾ ਵੀ ਕਿੱਦਾਂ ਤੁਸੀਂ ਯੂਜ਼ ਕਰਨਾ ਟਵਿੱਟਰ ਤੇ ਜਿਹੜੀਆਂ ਕਿੱਦਾਂ ਜਿਹੜਾ ਟ੍ਰੈਂਡਿੰਗ ਦੇ ਵਿੱਚ ਜਿਹੜਾ ਤੁਹਾਡਾ ਹੈਸ਼ਟੈਗ ਆਉਣਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣੀਆਂ ਪੈਣਗੀਆਂ ਜੇ ਤੁਸੀਂ ਸਰਕਾਰਾਂ ਦਾ ਮੁਕਾਬਲਾ ਕਰਨਾ ਸੋ ਪੋਜ਼ਿਟਿਵ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜੇ ਸਾਡੀ ਅਗਵਾਈ ਉਹ ਪ੍ਰਮਾਤਮਾ ਕਰ ਰਿਹਾ ਹੈ ਜਿਹੜੇ ਸਾਰੇ ਇਨਸੀਡੈਂਟ ਤੋਂ ਪਤਾ ਲੱਗਦਾ ਤਾਂ ਕਿਸੇ ਦੀ ਪਿੱਠ ਨਹੀਂ ਲੱਗਣ ਦਿੰਦਾ ਚੜ੍ਹਦੀ ਕਲਾ ਦੇ ਵਿੱਚ ਹੀ ਜਿਹੜਾ ਮੋਰਚਾ ਰਹੂਗਾ ਕਿਉਂਕਿ ਸੱਚ ਤੇ ਲੱਗਿਆ ਹੋਇਆ ਸੱਚ ਦੇ ਨਾਲ ਖੜੇ ਹੋਏ ਆ ਤੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਪ੍ਰਮਾਤਮਾ ਚੜ੍ਹਦੀ ਕਲਾ ਹੀ ਕਰੂਗਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਦੇਖੀ ਹੈ